ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਅੰਮ੍ਰਿਤਸਰ 'ਚ ਪੈਂਦੇ ਥਾਣਾ ਮੋਹਕਮਪੁਰ ਦੀ ਪੁਲਿਸ ਨੇ ਘਰ ਤੋਂ ਲਾਪਤਾ ਹੋਏ 3 ਬੱਚਿਆਂ ਨੂੰ ਲੱਭ ਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ 3 ਬੱਚੇ ਘਰ ਤੋਂ ਲਾਪਤਾ ਹਨ ਅਤੇ ਲੱਭ ਨਹੀਂ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਹਿਜ 3-4 ਘੰਟਿਆਂ 'ਚ ਉਕਤ ਬੱਚਿਆਂ ਨੂੰ ਲੱਭ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਪ੍ਰਿੰਸ ਦੀਪ ਸਿੰਘ ਪ੍ਰਿੰਸ ਅਤੇ ਕੁਲਦੀਪ ਕੁਮਾਰ, 2 ਲੜਕੇ ਜਿਹੜੇ ਸਾਡੇ ਮੋਹਕਮਪੁਰੇ ਏਰੀਏ ਦੇ ਇੱਕ ਹੀ ਕਲਾਸ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਅਤੇ ਆਪਸ 'ਚ ਦੋਸਤ ਨੇ। ਇਹ ਦੋਨੋਂ ਜਣੇ ਇਕੱਠੇ ਸ਼ਾਮ ਨੂੰ ਖੇਡਣ ਜਾਂਦੇ ਆ। ਕੱਲ੍ਹ ਜਦੋਂ ਖੇਡਣ ਗਏ ਉਸ ਤੋਂ ਬਾਅਦ ਇਹ ਘਰ ਵਾਪਸ ਨਹੀਂ ਆਏ ਅਤੇ ਇਹਨਾਂ ਦੇ ਮਾਂ ਪਿਓ ਜਿਹੜੇ ਨੇ ਆਪਣੇ ਤੌਰ 'ਤੇ ਇਹਨਾਂ ਨੂੰ ਲੱਭਦੇ ਰਹੇ। ਅੱਜ ਸਾਡੇ ਕੋਲ ਕਰੀਬ 2 ਵਜੇ ਦੇ ਕਰੀਬ ਸਾਡੇ ਕੋਲ ਇਹਨਾਂ ਨੇ ਕੰਪਲੇਂਟ ਕੀਤੀ ਅਤੇ ਉਸ ਤੋਂ ਬਾਅਦ ਅਸੀਂ ਫਿਰ ਬਿਜਲੀ ਆ CCTV ਕੈਮਰਿਆਂ ਦੇ ਅਤੇ ਸਾਰੀ ਟੀਮ ਲਗਾ ਕੇ ਪੁਲਿਸ ਦੀ ਆਪਣੀ ਮੋਹਕਮਪੁਰੇ ਦੀ ਅਤੇ ਅੱਗੇ ਤੋਂ ਅੱਗੇ ਲੱਭਦੇ ਲੱਭਦੇ ਦਰਬਾਰ ਸਾਹਿਬ ਜਾ ਕੇ ਇਹਨਾਂ ਨੂੰ ਜਿਹੜਾ ਇਹ ਲੱਭ ਕੇ ਲਿਆਂਦਾ ਅਤੇ ਉੱਥੇ ਹੀ ਇੱਕ ਧਰੁਵ ਕੁਮਾਰ ਸ਼ਰਮਾ, ਇਹ ਵੀ ਜਿਹੜਾ ਸਾਡੇ ਏਰੀਏ ਦਾ ਸੀਗਾ, ਅੱਗੇ ਵੀ ਜਿਹੜਾ 2-3 ਵਾਰੀ ਜਾ ਚੁੱਕਾ, ਅੱਜ ਫਿਰ ਇਹ 2-3 ਦਿਨ ਤੋਂ ਘਰੋਂ ਚਲੇ ਗਿਆ ਸੀ। ਇਹਨਾਂ ਨੂੰ ਵੀ ਇਹਨੂੰ ਵੀ ਲੱਭ ਕੇ ਉੱਥੋਂ ਦਰਬਾਰ ਸਾਹਿਬ ਤੋਂ ਇਹਨਾਂ ਦੇ ਸਾਰਿਆਂ ਦੇ ਮਾਂ ਪਿਓ ਦੇ ਹਵਾਲੇ ਕੀਤਾ। ਆਪਣੇ ਗੁੰਮ ਹੋਏ ਬੱਚਿਆਂ ਨੂੰ ਆਪਣੇ ਕੋਲ ਪਾ ਕੇ ਬੱਚਿਆਂ ਦੇ ਮਾਪੇ ਕਾਫੀ ਖੁਸ਼ ਹਨ ਅਤੇ ਉਹਨਾਂ ਨੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਮੋਹਕਮਪੁਰੇ ਥਾਣੇ ਦੇ ਵਿੱਚ ਮੈਂ ਅੱਜ ਸਵੇਰੇ ਹੀ ਆਪਣੇ ਬੱਚੇ ਦੀ ਲੈ ਕੇ ਆਈ ਹੈ ਕੰਪਲੇਂਟ, ਜਿਹਦੇ ਨਾਲ ਕਿ ਮੈਨੂੰ ਇੰਨਾ ਜ਼ਿਆਦਾ ਇਹਨਾਂ ਦੀ ਪੂਰੀ ਟੀਮ ਦਾ ਸਾਥ ਮਿਲਿਆ ਬਹੁਤ ਜ਼ਿਆਦਾ, ਕਿ ਇਹਨਾਂ ਨੇ ਹਰ ਚੀਜ਼ ਦਾ ਆਪਣੇ ਕੋਲੋਂ ਹੀ ਇਸਤੇਮਾਲ ਕਰਕੇ ਖਰਚਾ ਕਰਕੇ ਅਤੇ ਸਾਡੇ ਬੱਚਿਆਂ ਨੂੰ ਲੱਭਣ ਦੀ ਪੂਰੀ ਹੀ ਕੋਸ਼ਿਸ਼ ਕੀਤੀ। ਅਸੀਂ 1 ਵਜੇ ਤੋਂ ਲੈ ਕੇ ਇਹਨਾਂ ਦੇ ਕੋਲ ਆਏ ਸਾਂ ਕਿ ਜਿਹੜਾ ਇਹਨਾਂ ਨੇ ਸਾਡੇ 5 ਵਜੇ ਤੱਕ ਬੱਚੇ ਸਾਡੇ ਹੱਥ ਵਿੱਚ ਲਿਆ ਕੇ ਦੇ ਦਿੱਤੇ, ਅਤੇ ਮੈਂ ਇਸ ਪੂਰੀ ਟੀਮ ਦਾ SHPTA ਸਾਹਿਬ ਦਾ ਪੂਰਿਆਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਇੰਨੀ ਜਲਦੀ ਕੋਈ ਵੀ ਮਾਂ ਪਿਓ ਦੇ ਕੋਲ ਬੱਚਾ ਨਹੀਂ ਲਿਆ ਕੇ ਦਿੰਦਾ ਜਿੰਨੀ ਜਲਦੀ ਇਹਨਾਂ ਨੇ ਸਾਨੂੰ ਲਿਆ ਕੇ ਦਿੱਤਾ। ਇਹ ਕੱਲ੍ਹ ਰਾਤ ਦਾ ਬੱਚਾ ਮੇਰਾ ਗੁੰਮ ਹੋਇਆ 4 ਵਜੇ ਦਾ, ਕਿ ਜਿਹੜਾ ਇਹਨਾਂ ਨੇ ਅੱਜ 5 ਵਜੇ ਤੱਕ ਮੇਰੇ ਕੋਲ ਲਿਆ ਕੇ ਦਿੱਤਾ ਮੇਰਾ ਬੱਚਾ। ਅੰਮ੍ਰਿਤਸਰ ਤੋਂ ਹਰਜੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।